मानसा विखे पंजाब जल स्रोत प्रबंधन ते विकास निगम दे एक इंजीनियर नूं रिश्वत लैंदिया गिरफ्तार किया गया। दस दईए कि ठेकेदार तो किए गए कमां दे पैसों की अदायगी करवाउण दे लई उस तों रिश्वत दे तौर ते 1,48,000 रुपए के चैक समेत विजिलेंस विभाग मानसा की टीम ने पंजाब जल स्रोत प्रबंधन ते विकास निगम दे इंजीनियर सुरेश कुमार गोयल नूं काबू किया है। विजिलेंस की टीम नूं उस कोल अटैची विच रखे 4,31,000 रुपए की नकदी भी बरामद हुई है। उसके खिलाफ विजिलेंस विभाग मानसा ने मामला दर्ज करके अगली कार्रवाई शुरू कर दी है। इस तों इलावा उसके घर विचों छापेमारी की गई है, 25,00,000 रुपए नकद बरामद हुए ने। इस तों इलावा यह भी दस दईए कि 68,00,000 रुपए के करीब शेयर का वेरवा भी मिलया है। ਇਹਨਾਂ ਦੇ ਰੇਡ ਕੀਤਾ ਤਾਂ ਇਹਨਾਂ ਇਹ ਜਿਹੜਾ ਚੈੱਕ ਸੀ ਇਹਨਾਂ ਤੋਂ ਰੰਗੇ ਹੱਥੀਂ ਇਹ ਉੱਥੋਂ ਫੜੇ ਗਏ ਅਤੇ ਇਹਨਾਂ ਤੋਂ ਚੈੱਕ ਜਿਹੜਾ ਉਹ 1,48,000 ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਦਾ ਚੈੱਕ ਜਿਹੜਾ ਉਹ ਬਰਾਮਦ ਹੋ ਗਿਆ। ਜਿਹੜਾ ਸਰਕਾਰੀ ਗਵਾਹ ਸਾਡੇ ਨਾਲ ਸੀਗੇ ਸ਼੍ਰੀ ਬਲਕਾਰ ਸਿੰਘ ਜਿਹੜੇ ਸੈਕਟਰੀ ਨੇ ਮਾਰਕੀਟ ਕਮੇਟੀ ਦੇ, ਅਤੇ ਨਾਲ ਸੀਗੇ ਸਾਡੇ ਰਾਮਜੀਤ ਸਿੰਘ DO ਐਲੀਮੈਂਟਰੀ ਮਾਨਸਾ, ਅਤੇ ਸਾਡੇ ਸਟਾਫ 'ਚ ਸਰ ਇੰਸਪੈਕਟਰ ਸਤਪਾਲ ਸਿੰਘ ਅਤੇ ਬਾਕੀ ਜਿਹੜੇ ਸੀ ਉਹ ਸਾਡੇ ਸਹਿਯੋਗੀ, ਅਤੇ ਇਹਨਾਂ ਉੱਥੋਂ ਪਕੜਿਆ ਗਿਆ ਅਤੇ ਇਹਨਾਂ ਖਿਲਾਫ਼ ਮੁਕੱਦਮਾ ਦਰਜ ਵੀ ਪ੍ਰਬੰਧ ਕੀਤਾ ਗਿਆ। ਅਗਲੀ ਕਾਰਵਾਈ ਕਰਦਿਆਂ ਇਸ ਰੇਡ ਦੇ ਦੌਰਾਨ ਇਹਨਾਂ ਦੇ ਬਰੀਫ ਕੇਸ ਵਿੱਚੋਂ ਉੱਥੋਂ 1,40,00,000 ਰੁਪਏ ਦੀ ਨਕਦੀ ਬਰਾਮਦ ਹੋਈ ਹੈ, ਜਿਹਦੇ ਬਾਰੇ ਇਹਨਾਂ ਨੇ ਕੋਈ ਸਪੱਸ਼ਟ ਉੱਤਰ ਨਹੀਂ ਦਿੱਤਾ। ਇਹਨਾਂ ਦੀ ਜਮਾ ਤਲਾਸ਼ੀ ਦੌਰਾਨ 38,000 ਰੁਪਏ ਜਮਾ ਤਲਾਸ਼ੀ ਬਰਾਮਦ ਹੋਇਆ, 4,00,000 ਰੁਪਇਆ ਬਰਾਮਦ ਹੋਇਆ।